ਚਾਹੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੋਟਾਂ ਤੋਂ ਪਹਿਲਾਂ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਸਹੁੰ ਖਾਧੀ ਗਈ ਸੀ ਕਿ 4 ਹਫ਼ਤਿਆਂ ਦੇ ਵਿੱਚ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ, ਪਰ ਕੈਪਟਨ ਸਾਹਿਬ ਦੇ ਇਹ ਦਾਅਵੇ ਸ਼੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿੱਚ ਖੋਖਲੇ ਸਾਬਤ ਹੁੰਦੇ ਨੇ। ਹੁਣ ਗੱਲ ਕਰਦੇ ਹਾਂ ਗਿੱਦੜਬਾਹਾ ਦੇ ਲਾਈਨੋ ਪਾਰ ਇਲਾਕੇ ਵਾਰਡ ਨੰਬਰ 10 ਦੀ, ਜਿੱਥੇ ਵੱਡੀ ਗਿਣਤੀ ਵਿੱਚ ਗੋਲੀਆਂ, ਸਮੈਕ, ਟੀਕੇ, ਚਿੱਟਾ ਅਤੇ ਸ਼ਰਾਬ ਆਦਿ ਦਾ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ। ਇਸ ਸੰਬੰਧ ਵਿੱਚ ਜਦ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਹੁਣ ਤਾਂ ਛੋਟੇ ਛੋਟੇ ਬੱਚੇ ਜਿਨ੍ਹਾਂ ਦੀ ਉਮਰ 10 ਸਾਲ ਹੈ ਉਹ ਵੀ ਨਸ਼ਾ ਕਰਨ ਲੱਗ ਪਏ ਨੇ। ਨਸ਼ਾ ਇੰਨੀ ਭਾਰੀ ਮਾਤਰਾ ਦੇ ਵਿੱਚ ਵਿਕਣ ਦੇ ਬਾਵਜੂਦ ਅਜੇ ਤੱਕ ਪੁਲਿਸ ਨੇ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ। ਪੁਲਿਸ ਆਉਣੀ ਜ਼ਰੂਰ ਹੈ ਪਰ ਚਾਹ ਪਾਣੀ ਲੈ ਕੇ ਚਲੀ ਜਾਂਦੀ ਹੈ। ਉਹਨਾਂ ਦੱਸਿਆ ਕਿ ਇਹ ਸਾਰਾ ਕੰਮ ਪੁਲਿਸ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ। ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ 'ਤੇ ਠੱਲ ਪਾਈ ਜਾਵੇ, ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਜਵਾਨ 20 ਸਾਲ ਦੀ ਉਮਰ ਤੱਕ ਵੀ ਨਹੀਂ ਪਹੁੰਚ ਸਕਣਗੇ ਅਤੇ ਨਸ਼ੇ ਕਾਰਨ ਮਾਰੇ ਜਾਣਗੇ। ਉਹਨਾਂ ਦੱਸਿਆ ਕਿ ਹੁਣ ਤਾਂ ਹਾਲਾਤ ਇਹੋ ਜਿਹੇ ਹੋ ਚੁੱਕੇ ਨੇ ਕਿ ਕੋਈ ਵੀ ਸਾਡੇ ਪਿੰਡ ਵਿੱਚ ਆਪਣੀ ਲੜਕੀ ਦਾ ਵਿਆਹ ਨਹੀਂ ਕਰਦਾ। ਉਹਨਾਂ ਦੱਸਿਆ ਕਿ ਪੁਲਿਸ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ, ਇਸ ਕਰਕੇ ਸਾਨੂੰ ਪੱਤਰਕਾਰਾਂ ਦਾ ਸਹਾਰਾ ਲੈਣਾ ਪਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਨਸ਼ੇੜੀ ਲੋਕ ਨਸ਼ਾ ਕਰਨ ਤੋਂ ਬਾਅਦ ਜਿੱਥੇ ਆਪਣਾ ਘਰਵਾਲੀ ਅਤੇ ਬੱਚਿਆਂ ਨਾਲ ਕੁੱਟਮਾਰ ਕਰਦੇ ਨੇ ਉੱਥੇ ਹੀ ਉਹ ਗਲੀ ਵਿੱਚ ਵੀ ਲੜਾਈ ਝਗੜਾ ਕਰਦੇ ਨੇ। ਇਸ ਮੌਕੇ ਤੇ ਪਿੰਡ ਵਾਸੀਆਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਹਾਰਾ ਕਲੱਬ ਦੇ ਪ੍ਰਧਾਨ ਪਵਨ ਬਾਂਸਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨੂੰ ਸਭ ਕੁਝ ਪਤਾ ਹੈ ਅਤੇ ਜਦੋਂ ਵੀ ਪੁਲਿਸ ਨੇ ਰੇਡ ਮਾਰਨੀ ਹੁੰਦੀ ਹੈ ਤਾਂ ਪੁਲਿਸ ਹੀ ਬੰਦੇ ਪਹਿਲਾਂ ਫੋਨ ਕਰਕੇ ਨਸ਼ਾ ਤਸਕਰਾਂ ਨੂੰ ਜਾਣਕਾਰੀ ਦੇ ਦਿੰਦੇ ਨੇ। ਉਹਨਾਂ ਪੁਲਿਸ 'ਤੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਪੁਲਿਸ ਨਸ਼ਾ ਤਸਕਰਾਂ ਨਾਲ ਮਿਲੀ ਹੋਈ ਹੈ ਅਤੇ ਇੱਥੇ ਹਾਲਾਤ ਇੰਨੇ ਬੁਰੇ ਨੇ ਕਿ ਘਰ ਘਰ ਵਿੱਚ ਨਸ਼ਾ ਵਿਕ ਰਿਹਾ ਹੈ। ਉਹਨਾਂ ਪੁਲਿਸ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੁਲਿਸ ਸਹੀ ਕਾਰਵਾਈ ਨਹੀਂ ਕਰਦੀ, ਜੇਕਰ ਪੁਲਿਸ ਸਹੀ ਕਾਰਵਾਈ ਕਰੇ ਤਾਂ 1 ਘੰਟੇ ਦੇ ਅੰਦਰ ਨਸ਼ਾ ਬੰਦ ਹੋ ਸਕਦਾ ਹੈ। ਉਹਨਾਂ ਕਿਹਾ ਕਿ ਜਦੋਂ ਦਾ ਅਸੀਂ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਗਿੱਦੜਬਾਹਾ ਦਾ MLA ਬਣਾਇਆ ਹੈ ਉਦੋਂ ਤੋਂ ਬਾਅਦ ਨਸ਼ਾ ਘਟਣਾ ਕੀ ਸੀ ਸਗੋਂ ਹੋਰ ਹੀ ਵੱਧ ਗਿਆ ਹੈ। ਇਸ ਸੰਬੰਧ ਵਿੱਚ ਜਦੋਂ ਗਿੱਦੜਬਾਹਾ ਦੇ SHO ਧਰਮਪਾਲ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਵੱਲੋਂ ਕੱਲ੍ਹ ਹੀ 2 ਵਿਅਕਤੀਆਂ ਦੇ ਵਿਰੁੱਧ ਨਸ਼ੇ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਆਪਣਾ ਕੰਮ ਤਨਦੇਹੀ ਨਾਲ ਕਰ ਰਹੀ ਹੈ। ਜੇਕਰ ਕੋਈ ਵੀ ਸਾਨੂੰ ਨਸ਼ੇ ਸਮੱਗਲਰ ਬਾਰੇ ਜਾਣਕਾਰੀ ਦੇਵੇਗਾ ਤਾਂ ਉਸਦਾ ਨਾਮ ਅਸੀਂ ਗੁਪਤ ਰੱਖਾਂਗੇ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਪੁਲਿਸ ਦੀ ਮਿਲੀ ਭੁਗਤ ਨਾਲ ਸਾਰਾ ਕੰਮ ਹੋ ਰਿਹਾ ਹੈ ਤਾਂ ਉਹਨਾਂ ਕਿਹਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈ, ਪੁਲਿਸ ਆਪਣਾ ਕੰਮ ਬੜੀ ਹੀ ਤਨਦੇਹੀ ਦੇ ਨਾਲ ਕਰ ਰਹੀ ਹੈ। ਕੀ ਨਾਮ ਹੈ ਜੀ? ਦਰਸ਼ਨ ਸਿੰਘ ਜੀ। ਦਰਸ਼ਨ ਸਿੰਘ ਜੀ, ਕੀ ਦਿੱਕਤ ਪਰੇਸ਼ਾਨੀ ਆ ਰਹੀ? ਦਿੱਕਤ ਇਹ ਹੈ ਜੀ, ਇੱਥੇ ਸਾਡੇ ਨਸ਼ਾ ਬਹੁਤ ਜ਼ਿਆਦਾ ਹੈ ਅਤੇ ਸਾਨੂੰ ਪਰੇਸ਼ਾਨੀ ਬਹੁਤ ਆਉਂਦੀ। ਸਾਡੇ ਛੋਟੇ ਛੋਟੇ ਬੱਚੇ ਵੀ ਬਾਗੀ ਹੋਏ ਪਏ ਆ। ਅੱਛਾ। ਅਤੇ ਸਾਡੇ ਵਾਸਤੇ ਤੋਂ ਕੰਮ ਬਾਹਰ ਹੋ ਰਿਹਾ ਅਤੇ ਕੋਈ ਵੀ ਸਾਡੀ ਇੱਥੇ ਪੈਰਵਾਈ ਨਹੀਂ ਹੋ ਰਹੀ। ਅੱਛਾ। ਕੋਈ ਸਰਕਾਰੀ ਮੁਲਾਜ਼ਮ ਨੂੰ ਅਸੀਂ ਕਹਿਣ ਦੇ ਯੋਗ ਨਹੀਂ, ਕਿਉਂ ਸਾਨੂੰ ਕੋਈ ਹਿਸਾਬ ਕਿਤਾਬ ਨਹੀਂ ਆ ਰਿਹਾ ਅਤੇ ਤੁਸੀਂ ਸਾਡੀ ਮਦਦ ਕਰਕੇ ਜ਼ਰੂਰ ਇੰਨਾ ਕੰਮ ਕਰਕੇ ਦਿਓ। ਇੱਥੇ ਤਾਂ ਮੈਨੂੰ ਲੱਗਦਾ ਵੀ ਛੋਟੇ ਤੋਂ ਲਾ ਕੇ ਵੱਡੇ ਤਾਂ ਇਹਦਾ ਨਾਂ ਹੀ ਕੋਈ ਲੈਣਾ ਨਹੀਂ। ਅੱਛਾ ਨਾ। ਅੱਛਾ ਅੱਛਾ। ਹਾਂ, ਤੇ ਵੇਚਦੇ ਕਿੰਨੇ ਕੁ ਲੋਕ ਆ ਇੱਥੇ? ਕੋਈ ਕਹਿ ਨਹੀਂ ਸਕਦੇ, ਕੋਈ ਐਸਟੀਮੇਟ ਤੋਂ ਬਾਹਰ ਹੀ ਹੈ ਸਾਰਾ ਕੰਮ, ਖੁੱਲ੍ਹਾ ਹੀ ਹੈ, ਖੁੱਲ੍ਹਾ ਬਾਜ਼ਾਰ ਹੀ ਹੈ ਜੀ, ਕੋਈ ਹਿਸਾਬ ਹੀ ਨਹੀਂ ਆਉਂਦਾ। ਅੱਛਾ ਅੱਛਾ। ਹਾਂ, ਕੋਈ ਰਿਸ਼ਤਿਆਂ ਦੀ ਗੱਲ ਕਰੀਏ? ਰਿਸ਼ਤੇ ਵਾਲਾ ਤਾਂ ਫਿਰ ਪਤਾ ਹੀ ਹੈ, ਜਿਹੜੇ ਪਿੰਡ 'ਚ ਨਸ਼ਾ ਵੜ ਜਾਵੇ ਉੱਥੇ ਰਿਸ਼ਤੇ ਕਿੱਥੋਂ ਹੁੰਦੇ ਆ? ਹੁੰਦੇ ਹੀ ਨਹੀਂ, 20-20 ਸਾਲ ਦੇ ਮੁੰਡੇ ਧੱਕੇ ਖਾਂਦੇ ਫਿਰਦੇ ਆ। ਅੱਛਾ। ਜਦੋਂ ਜੇਬਾਂ ਭਰੀਆਂ। ਕੀ ਕਾਰਨ ਕੀ ਮੰਨਦੇ ਹੋ ਇਸ 'ਚ ਤੁਸੀਂ? ਅਸੀਂ ਕਾਰਨ ਇਹ ਆ ਵੀ ਸਾਡਾ ਜਿਵੇਂ ਸਰਕਾਰ ਚਾਹੁੰਦੀ ਹੈ, ਸਰਕਾਰ ਨੇ ਬਿਆਨ ਦਿੱਤੇ ਆ ਕਿ ਉਵੇਂ ਸਾਡਾ ਸੁਧਾਰ ਕਰਿਆ ਜਾਵੇ। ਅੱਛਾ। ਅਤੇ ਹੱਥ ਬੰਨ ਕੇ ਬੇਨਤੀ। ਪੁਲਿਸ ਉੱਥੇ ਆਉਂਦੀ ਹੈ, ਚੈਕਿੰਗ ਕਰਨ ਆਉਂਦੀ ਹੈ ਪੁਲਿਸ? ਨਹੀਂ ਜੀ, ਆਉਂਦੀ ਜ਼ਰੂਰ ਆ, ਅਸੀਂ ਨਹੀਂ ਇਹ ਕਿਹਾ ਸਾਡੀ ਕੌਣ ਸੁਣਦਾ, ਨਾ ਹੀ ਅਸੀਂ ਉੱਥੋਂ ਜਾ ਸਕਦੇ ਹਾਂ, ਤੁਸੀਂ ਸਾਡੀ ਮਦਦ ਕਰੋ। ਉਸਨੇ ਕੋਈ ਕਾਰਵਾਈ ਕੀਤੀ ਨਹੀਂ ਹਜੇ ਤੱਕ? ਨਾ, ਕੋਈ ਕਰੀ ਹੋਵੇ ਚਾਹੇ ਨਾ ਕਰੀ ਹੋਵੇ, ਅਸੀਂ ਕਿਹੜਾ ਗਏ ਹਾਂ ਉੱਥੇ। ਠੀਕ ਹੈ। ਪਰ ਅਸੀਂ ਤਾਂ ਤੁਹਾਡੇ ਕੋਲ ਇਹ ਬੇਨਤੀ ਕਰਦੇ ਹਾਂ ਵੀ ਸਾਡੀ ਮਦਦ ਕਰੋ। ਠੀਕ।
ਹਾਂਜੀ ਅਸੀਂ ਤੰਗ ਬਹੁਤ ਆ, ਨਸ਼ੇ ਪੱਤੇ ਜ਼ਿਆਦੇ ਆ, ਪੋਸਤ ਬੱਚੇ ਖਾਣਗੇ ਕੰਮ ਖੜਨਗੇ, ਗੋਲੀਆਂ ਖਾ ਕੇ ਸ਼ਰਾਬ ਪੀ ਕੇ ਬੱਚੇ ਕੰਮ ਨਹੀਂ ਕਰ ਸਕਦੇ ਗੇ, ਠੀਕ ਹੈ ਨਾ। ਨਿੱਕੇ ਨਿੱਕੇ ਬੱਚੇ ਖਾਂਦੇ ਪੀਂਦੇ ਨਾ, ਬਹੁਤ ਦੁਖੀ ਆ, ਨਿੱਕੇ ਨਿੱਕੇ ਬੱਚਿਆਂ ਵਾਲੀਆਂ, ਬੁੜੀਆਂ ਬੱਚਿਆਂ ਵਾਲੀਆਂ ਬਹੁਤ ਤੰਗ ਹਨ ਅਗਲੀਆਂ, ਠੀਕ ਆ। ਅਗਲੀਆਂ ਨੇ ਬੱਚੇ ਜਦੋਂ ਗੋਲੀਆਂ ਖਾ ਕੇ ਤੰਗ ਕਰਦੇ ਆ, ਬੁੜੀਆਂ ਨੇ ਗਾਲਾਂ ਦੇਣੀਆਂ ਨਾ, ਕੰਮ ਤੇ ਨਹੀਂ ਜਾਂਦੇ ਜਦੋਂ ਗੋਲੀਆਂ ਖਾ ਕੇ ਐਂ ਤੁਰੇ ਫਿਰੇ ਤੇ ਫਿਰ ਉਹ ਕੰਮ ਕਿੱਥੋਂ ਕਰਨਗੇ ਜੀ। ਉਹ ਜੀ ਬੇਨਤੀ ਆ ਸਾਡੀ ਤਾਂ ਵੀ ਇਹ ਨਸ਼ਾ ਬੰਦ ਹੋਣਾ ਚਾਹੀਦਾ, ਹਾਂ ਇੱਥੇ ਨਸ਼ਾ ਨਹੀਂ ਵੜਨਾ ਚਾਹੀਦਾ। ਪੋਸਤ ਖਾ ਕੇ ਤਾਂ ਬੇਟੇ ਕੰਮ ਵੀ ਕਰਨਗੇ ਤੇ ਗੋਲੀਆਂ ਖਾ ਕੇ ਇੱਥੇ ਰੂੜੀਆਂ ਤੇ ਲਿਟੀ ਜਾਂਦੇ ਨੇ, ਠੀਕ ਹੈ ਨਾ, ਲੜਾਈ ਝਗੜੇ ਵੀ ਕਰਦੇ, ਸਭ ਕੁਛ ਹੀ ਹੁੰਦਾ ਜੀ। ਹਾਂ ਨਸ਼ੇ ਵੇਚਦੇ ਤਾਂ ਨੀ ਇੱਥੇ ਪਤਾ ਲੱਗਦਾ ਕਿਹਦਾ ਨਾ ਲੱਗੇ, ਕੌਣ ਵੇਚਦਾ, ਹਾਂ ਇੱਥੇ ਵੇਚਦੇ ਤਾਂ ਨੀ ਪਤਾ ਵੀ ਕਿਹੜਾ ਵੇਚਦਾ ਕਿਹੜਾ ਨਹੀਂ ਵੇਚਦਾ ਗਾ, ਠੀਕ ਹੈ ਨਾ। ਅਸੀਂ ਐਵੇਂ ਆਖੇ ਗਾ ਫਲਾਨਾ ਵੇਚਦਾ ਫਲਾਨਾ ਵੇਚਦਾ, ਅਸੀਂ ਬੁੜੀਆਂ ਜਮਾਏ ਅੱਜ ਬੁੜੀ ਕਹਿੰਦੇ ਵੀ ਹਾਂ ਫਲਾਨਾ ਨਸ਼ਾ ਵੇਚਦਾ, ਮੇਰੇ ਪੁੱਤਾਂ ਦੇ ਦੁਸ਼ਮਣ ਬਣ ਜਾਣਾ ਗਲੇ, ਠੀਕ ਹੈ ਨਾ। ਹਾਂ ਜੇ ਨਸ਼ੇ ਬੰਦ ਹੁੰਦੇ ਹੋਣ ਤਾਂ ਬੇਟੇ ਬੁੜੀਆਂ ਨੀ ਪਿਟੀਆਂ ਪਿਟੀਆਂ ਕਰਦੀਆਂ, ਬੁੜੀਆਂ ਆਪ ਦਿਹਾੜੀਆਂ ਤੇ ਜਾਣ ਲੱਗੇ ਤੇ ਬੰਦੇ ਕੰਮ ਘੱਟ ਕਰਦੇ। ਮਕੰਦ ਸਿੰਘ ਜੀ, ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਸਾਡੇ ਪਹਿਲਾਂ ਕੋਈ ਇੰਨਾ ਨਸ਼ਾ ਹੈ ਨਹੀਂ ਸੀ ਜਿੰਨਾ ਸਾਡੇ ਹੁਣ ਵਧਿਆ, ਹਰੇਕ ਗਲੀ ਗਲੀ ਚ ਮੈਡੀਕਲ ਖੁੱਲੇ ਹੋਏ ਆ, ਗਲੀ ਗਲੀ ਘਰ ਘਰ, ਤੇ ਬੱਚੇ ਐਡੇ ਬਰਬਾਦ, ਛੋਟੇ ਛੋਟੇ ਬੱਚੇ ਜਿਹੜੇ ਇੰਨੀਆਂ ਇੰਨੀਆਂ ਗੋਲੀਆਂ ਖਾ ਕੇ ਬੇਕਾਰ ਹੋਏ, ਪਰ ਸਕੂਲ ਜਾਣੋ ਵੀ ਬੇਕਾਰ ਹੋ ਗਏ। ਵੀ ਅਸੀਂ ਇਹ ਚਾਹੁੰਦੇ ਹਾਂ ਸਰਕਾਰ ਨੂੰ ਆਉਣੇ ਵੀ ਇਹ ਕਿਤੇ ਤਾਂ ਨਸ਼ਾ ਤੁਸੀਂ ਬੰਦ ਕਰਨਾ ਸੀ ਅਤੇ ਕਿੱਥੇ ਦੂਜਾ ਦੇ ਵਧਾ ਤਾ, ਸਾਡੇ ਦਾ ਜਿਹੜਾ ਪੇਸ਼ਾ ਹੈ ਇਦੂ ਅਗਲੀ ਪੀੜ੍ਹੀ ਹੈ ਇਹ ਉਹੀ ਖਤਮ ਹੋ ਜੂਗੀ। ਅਸੀਂ ਤਾਂ ਥੋੜ੍ਹੀ ਜਿਹੀ 50 ਸਾਲ ਦੀ ਉਮਰ ਸਾਡੀ ਹੋ ਗਈ ਹੈ, ਇਦੂ ਬਾਅਦ ਕਿਸੇ ਦੀ ਬੱਚੇ ਦੀ 20 ਸਾਲ ਦੀ ਉਮਰ ਵੀ ਨਹੀਂ ਹੋਣੀ ਜੇ ਇਸ ਤਰ੍ਹਾਂ ਨਸ਼ੇ ਕਰੀ ਗਏ ਤਾਂ। ਕੋਈ ਪਾਬੰਦੀ ਨਹੀਂ, ਕੋਈ ਸਰਕਾਰ ਦੀ ਪਾਬੰਦੀ ਨਹੀਂ, ਕੋਈ ਕਾਰਵਾਈ ਨਹੀਂ ਕਰਦੀ, ਜੋ ਪੁਲਿਸ ਹੀ ਇਹਨਾਂ ਦੇ ਨਾਂ ਰਲੀ ਹੋਈ ਹੈ ਅਤੇ ਪੁਲਿਸ ਕਾਰਵਾਈ ਕੀ ਕਰੂਗੀ। ਅਸੀਂ ਤਾਂ ਮੰਗ ਇਹ ਨੇ ਵੀ ਇਹ ਨਸ਼ਾ ਖਤਮ ਹੋਣਾ ਚਾਹੀਦਾ। ਕੀ ਨਾਮ ਹੈ ਜੀ? ਤੇਜ ਕੌਰ ਜੀ। ਦਿੱਕਤ ਪਰੇਸ਼ਾਨੀ ਜੀ, ਨਸ਼ਾ ਕੁੱਲ ਸਾਡੇ ਵਿਹੜੇ ਚ ਵਿਕਦਾ ਹੈ, ਗੋਲੀਆਂ ਸ਼ਰਾਬ ਕੋਈ ਚਿੱਟਾ ਚੁੱਟਾ ਸਭ ਇੱਥੇ ਵੇਚਦੇ, ਸਾਡੇ ਵਿਹੜੇ ਚ ਆਉਣਾ ਨੀ ਚਾਹੀਦਾ। ਹਾਂ ਬਸ ਪੁਲਿਸ ਨਹੀਂ ਆਉਂਦੀ ਗੀ, ਨਹੀਂ ਆਉਂਦੀ ਜੀ, ਅਸੀਂ ਉਹ ਆਉਂ ਜੀ ਮੁੜ ਜਾਂਦੀ ਹੈ ਜੀ, ਪੈਸੇ ਦੇ ਕੇ ਮੋੜ ਦਿੰਦੇ ਆ, ਸਾਡਾ ਭੋਰਾ ਭੋਰਾ ਜਵਾਕ ਬਰਬਾਦ ਕਰਤੇ, ਹਾਂ ਬਰਬਾਦ ਕਰਤੇ ਸਾਡੇ ਭੋਰਾ ਭੋਰਾ, ਸਾਡੀ ਹੱਥ ਮੰਨ ਕੇ ਬੇਨਤੀ ਵੀ ਇਹ ਨਾ ਸਾਡੇ ਵਿਹੜੇ ਚ ਆਵੇ। ਹਾਂ ਬਸ ਇਹ ਅਰਜ਼ ਆ ਜੀ ਸਾਡੀ, ਬਸ ਇਹ ਸਾਡੇ ਵਿਹੜੇ ਚ ਨਾ ਆਵੇ, ਸਾਡੇ ਬੱਚੇ ਭੋਰਾ ਭੋਰਾ ਗਾਲ ਤੇ ਜਾਣ। ਹਾਂ ਦੱਸ ਦੱਸ ਮੇਰਾ ਨਾਮ ਪਵਨ ਬਾਂਸਲ, ਪ੍ਰਧਾਨ ਸਹਾਰਾ ਕਲੱਬ ਗਿੱਦੜਵਾ। ਪੁਲਿਸ ਮੈਂ ਚਾਹੁੰਦਾ ਵੀ ਪੁਲਿਸ ਵਾਲੇ ਸਾਡੇ ਕੋਲ ਆਉਂਦੇ ਆ, ਮੀਟਿੰਗਾਂ ਕਰਦੇ ਸਾਡੇ ਨਾਲ, DSP ਸਾਹਿਬ ਦੀ ਕਦੇ ਮੀਟਿੰਗ ਹੁੰਦੀ, SSP ਸਾਹਿਬ ਦੀ ਮੀਟਿੰਗ ਹੁੰਦੀ ਹੈ ਕਲੱਬ ਵਾਲਿਆਂ ਨਾਲ, ਵੀ ਤੁਸੀਂ ਬੰਦੇ ਫੜਾਓ ਨਸ਼ੇ ਵਾਲੇ। ਉਹ ਸਾਨੂੰ ਤਾਂ ਪਤਾ ਘਰ ਘਰ ਨਸ਼ਾ, ਹਰ ਹਰ ਨਸ਼ਾ, ਜਿਵੇਂ ਕਹਿੰਦੇ ਹਰ ਹਰ ਗੰਗੇ ਘਰ ਘਰ ਗੰਗੇ, ਇੱਥੇ ਹਰ ਹਰ ਗੰਗੇ ਹੈ, ਅਸੀਂ ਕੀ ਲੈਣਾ ਕਿਸੇ ਨਾਲ, ਤੁਸੀਂ ਨਹੀਂ ਪਾ ਗਏ। ਪੁਲਿਸ ਵਾਲੇ ਖੁਦ ਰਲੇ ਰਲੇ ਇਹਨਾਂ ਨਾਲ, ਨਸ਼ੇ ਜਿਹੜੇ ਨਸ਼ਾ ਵੇਚਦੇ ਹੈ ਉਹਨਾਂ ਨੂੰ ਸਭ ਪਤਾ ਹੈ, ਜਿਹੜੇ ਇਹਨਾਂ ਦੇ ਡਰਾਈਵਰ ਹੈ, ਜਿਹੜੇ ਇਹਨਾਂ ਦੇ ਮੇਨ ਬੰਦੇ ਆ, ਸਭ ਪਹਿਲਾਂ ਹੀ ਫੋਨ ਮਾਰ ਦਿੰਦੇ ਆ ਵੀ ਹਾਂ ਵੀ ਹੁਣ ਰੇਟ ਪੈ ਰਹੀ ਤੇਰੇ, ਅਤੇ ਦੂਸਰੀ ਨਹੀਂ ਪਵਨ ਬਾਂਸਲ ਪਾਵੇ, ਕਿਉਂ ਪਾਵਾਂ? ਪੁਲਿਸ ਜੇ ਚਾਹੇ ਘੰਟਾ ਨਹੀਂ ਲੱਗਦਾ, ਘੰਟਾ ਜੇ ਪੁਲਿਸ ਆਪਦੀ ਆਈ ਦੇ ਆ ਜੇ, ਘੰਟੇ ਦਾ ਕੰਮ ਨਹੀਂ ਸਾਰੇ ਨਸ਼ੇ ਨਹੀਂ ਫੜਨਾ।
ਇੱਥੇ ਘਰ ਘਰ ਨਸ਼ਾ ਵਿਕਦਾ ਪਰ ਦੁਸ਼ਮਣੀ ਪਵਨ ਮਾਨਸਾ ਨਹੀਂ ਪਾਸਦਾ ਜੀ, ਮੈਂ ਨਹੀਂ ਪਾਉਂਦਾ ਦੁਸ਼ਮਣੀ, ਕਿਉਂ ਮੈਂ ਨਾ ਜੀ ਮੈਨੂੰ ਪਤਾ ਨਾ 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 ਪੁਲਿਸ ਨੇ ਸਹੀ ਕਾਰਵਾਈ ਕਰੀ, ਘੰਟਿਆਂ ਕੰਮ ਵੀ ਨਹੀਂ। ਹਾਂ ਮੈਂ ਮੰਗ ਕਰਦਾ ਵੀ ਪ੍ਰਸ਼ਾਸਨ ਤੋਂ, ਮੈਂ ਰਾਜੇ ਬੜਿੰਗ ਤੋਂ ਵੀ ਮੰਗ ਕਰਦਾ ਵੀ ਜਦੋਂ ਅਸੀਂ ਐਮ ਐਲ ਏ ਬਣਾਇਆ ਇਹਨਾਂ ਨੂੰ, ਉਹ ਕਹਿੰਦਾ ਸੀ ਅਸੀਂ ਵੀ ਘਰ ਨਸ਼ਾ ਖਤਮ ਕਰ ਦਿਆਂਗੇ, ਉਹ ਨਸ਼ਾ ਬੜਾ ਤਾ ਇਹ ਰੱਬ ਜਾਂਦਾ ਕਿਹਨੇ ਵਧਾਇਆ ਹੁਣ, ਪਹਿਲਾਂ ਰੱਬ ਦੇ ਆ ਕੇ ਇਹਨੇ ਵਧਾਇਆ, ਆਪਾਂ ਤਾਂ ਮੂੰਹ ਤੇ ਸਾਨੂੰ ਜਿਵੇਂ ਜਿਵੇਂ ਸੂਚਨਾ ਮਿਲਦੀ ਹੈ ਜੀ ਉਸ ਤਰੀਕੇ ਨਾਲ ਅਸੀਂ ਕਰਕੇ ਆਪਦੀ ਕਾਰਵਾਈ ਕਰਕੇ ਜੀ ਬੰਦੇ ਫੜ ਕੇ ਪਰਚੇ ਦੇਈ ਜਾਂਦੇ ਹਾਂ ਜੀ। ਅਤੇ ਇੱਕ ਪਹਿਲਾਂ ਫੜਿਆ ਹਰਦੀਪ ਸਿੰਘ ਉਰਫ ਕਾਲਾ, ਜਿਹਦੇ ਕੋਲ ਨਸ਼ੀਲੀਆਂ ਗੋਲੀਆਂ ਫੜੀਆਂ ਸੀ ਜੀ, ਅਤੇ ਉਸ ਟਾਈਮ ਜੇਲ੍ਹ 'ਚ ਬੰਦ ਆ ਜੀ। ਅੱਜ ਵੀ ਗੁਰਦੀਪ ਸਿੰਘ ਏ ਅਸੀਂ ਰੇਡ ਕੀਤਾ ਸੀ ਜੀ, ਅਤੇ ਕੋਈ ਬੰਦਾ ਪੋਸਟ ਵੇਚਦਾ ਫੜਿਆ ਉੱਥੇ ਕਾਰਵਾਈ ਉਹਦੇ ਖਿਲਾਫ਼ ਹੀ ਕਾਰਵਾਈ ਕਰ ਰਹੇ ਆ ਜੀ। ਨਾ ਜੀ ਬਿਲਕੁਲ ਨਹੀਂ ਇਹੋ ਜੀ ਗੱਲ, ਅਸੀਂ ਤਾਂ ਆਪਣੇ ਪੂਰੇ ਤਰੀਕੇ ਨਾਲ ਸੋਰਸ ਲਾ ਕੇ ਬੰਦਾ ਫੜਦੇ ਹਾਂ ਜੀ, ਫੜ ਕੇ ਉਹਦੇ ਖਿਲਾਫ਼ ਬੰਦ ਦੀ ਕਾਰਵਾਈ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਵੱਧ ਤੋਂ ਵੱਧ ਪਰਚੇ ਦਿੰਦੇ ਹਾਂ, ਜੇਲ੍ਹ 'ਚ ਬੰਦ ਕਰਾਉਂਦੇ ਹਾਂ ਜੀ। ਬਿਲਕੁਲ ਨਹੀਂ ਜੀ, ਉਹਦਾ ਕਿਉਂ ਕਰਾਂਗੇ ਜੀ, ਜਿਹੜਾ ਸਾਡੇ ਹੈਲਪ ਕਰਦਾ ਜੀ ਉਹਦਾ ਨਾਂ ਅਸੀਂ ਗੁਪਤ ਰੱਖਾਂਗੇ ਜੀ। ਅਸੀਂ ਤਾਂ ਲੋਕਾਂ ਨੂੰ ਅਪੀਲ ਕਰਦੇ ਹਾਂ ਜੀ ਵੱਧ ਤੋਂ ਵੱਧ ਵੀ ਜਿਹਨੂੰ ਤੁਹਾਨੂੰ ਨਸ਼ਿਆਂ ਬਾਰੇ ਕੋਈ ਜਾਣਕਾਰੀ ਮਿਲਦੀ ਆ ਤਾਂ ਮੇਰੇ ਨਾਲ ਗੱਲ ਕਰ ਲਓ, ਮੇਰੇ ਤੋਂ ਸੀਨੀਅਰ ਅਫਸਰ ਬੈਠੇ ਆ ਜੀ, ਡੀ ਐਸ ਪੀ ਸਾਹਿਬ ਨੇ, ਐਸ ਐਸ ਪੀ ਸਾਹਿਬ ਨੇ, ਐਸ ਪੀ ਡੀ ਸਾਹਿਬ ਨੇ ਸਾਰਿਆਂ ਨਾਲ, ਜਿਵੇਂ ਜਿਵੇਂ ਕਨਫਰਮੇਸ਼ਨ ਮਿਲਦੀ ਹੈ ਸਾਨੂੰ ਸਾਂਝੀ ਖੜਨਾ ਕਰਨ ਤਾਂ ਕਿ ਅਸੀਂ ਵੱਧ ਤੋਂ ਵੱਧ ਨਸ਼ਿਆਂ ਦੇ ਖਿਲਾਫ ਕਾਰਵਾਈ ਕਰ ਸਕੀਏ ਜੀ। ਬਿਲਕੁਲ ਨਹੀਂ ਜੀ, ਨਾ ਕੋਈ ਇਹੋ ਜਿਹੀ ਗੱਲ ਆਈ ਹੈ, ਨਾ ਪਹਿਲਾਂ ਵੀ ਕੋਈ ਹੈ ਨਹੀਂ ਇਹੋ ਜਿਹੀ ਗੱਲ, ਅੱਗੇ ਵੀ ਇਹੋ ਜਿਹੀ ਗੱਲ ਦੀ ਕੋਈ ਸੰਭਾਵਨਾ ਨਹੀਂ।